ਪਸੀਨਾ ਰੇਤ ਵਾਲਾ ਮੈਂ ਸਰਪੰਚ ਹਾਂ ਇੱਥੋਂ ਦਾ ਸਤਿੰਦਰ ਸਿੰਘ ਜੀ ਇਸ ਟਾਈਮ ਮੇਰੇ ਮਿਸੀ ਜੀ ਨੇ ਰਣਜੀਤ ਕੌਰ ਪਿਛਲੀ ਟਰਨ 'ਚ ਮੈਂ ਹੀ ਪਿੰਡ ਇਹ ਬਹੁਤ ਹੀ ਪਹਿਲਾਂ ਪਿਛੜਿਆ ਹੋਇਆ ਸੀ ਕੰਮਾਂ ਤੋਂ ਪਿਛਲੀ ਟਰਨ ਵਿੱਚ ਵੀ ਸਾਰੇ ਕੰਮ ਕਰਦੇ ਟੋਟਲੀ ਹੁਣ ਆਹ ਨਾਲਾ ਨਵਾਂ ਬਣਾ ਰਹੇ ਇਹਦਾ ਬਹੁਤ ਹੀ ਪਾਣੀ ਥੱਲੇ ਜਨਤਾ ਦੀ ਪੈਲੀ ਵਿੱਚ ਪੈਂਦਾ ਸੀ ਹੁਣ ਨਵੀਂ ਇਹਦੀ ਉਸਾਰੀ ਕਰਾ ਰਹੇ ਹਾਂ ਕੁਝ ਰਿਪੇਅਰ ਇਹਦੀ ਲੱਗ ਰਹੀ ਹੈ ਕਿਤੋਂ ਨਵਾਂ ਬਣਨ ਵਾਲਾ ਨਵਾਂ ਬਣਾ ਰਹੇ ਹਾਂ ਇਹ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਇਹ ਪਾਣੀ ਦਾ ਹੀ ਬਿਲਕੁਲ ਨਿਕਾਸ ਵਧੀਆ ਤਰੀਕੇ ਨਾਲ ਕਰਕੇ ਅਤੇ ਸ਼ਰਕੋ ਪਾਰ ਛੱਪਰ ਆ ਉਹਦੇ ਵਿੱਚ ਛੋੜ ਦੇਣਾ ਇਹ 800 ਫੁੱਟ ਦਾ ਨਾਲਾ ਵਾ ਇਹਦੇ ਵਿੱਚ ਕੁਝ ਅੰਡਰਗਰਾਊਂਡ ਵੀ ਇਹੀ ਕਰਨਾ ਅੰਡਰਗਰਾਊਂਡ ਕਰਕੇ ਉਹਦੇ ਵਿੱਚ ਹੌਦੀਆਂ ਬਣਾ ਕੇ ਹਰ ਘਰ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਊਗੀ ਹੋਰ ਪਿੰਡ ਵਿੱਚ ਇੰਟਰਲੋਕ ਟਾਈਲ ਦਾ ਕੰਮ ਗਲੀਆਂ ਦਾ ਵੀ ਚੱਲ ਰਿਹਾ ਨਾਲ ਕੁਝ ਗਲੀਆਂ ਬਣ ਗਈਆਂ ਕੁਝ ਰਹਿੰਦੀਆਂ ਪਰ ਜਿਹੜੀਆਂ ਗਲੀਆਂ ਬਣੀਆਂ ਉਹਦੇ ਉੱਤੇ ਪਹਿਲਾਂ ਇਹੀ ਪ੍ਰੀਮਿਕਸ ਪੀਲੀ ਟਰਨ ਵਿੱਚ ਪਾਇਆ ਸੀ ਫਿਰ ਸਰਕਾਰ ਨੇ ਸਾਨੂੰ ਪੈਸੇ ਦਿੱਤੇ ਆ ਅਸੀਂ ਦੁਬਾਰੇ ਉਹਦਾ ਕੰਮ ਕਰਾ ਰਹੇ ਹਾਂ ਸਾਡੇ ਹਲਕੇ ਦੇ MLA ਸਰਦਾਰ ਫਤਿਹ ਸਿੰਘ ਜੀ ਬਾਜਵਾ ਉਹਨਾਂ ਨੇ ਹੁਣ ਸਾਨੂੰ ਖੁੱਲ੍ਹੇ ਗੱਫੇ ਦੇ ਦਿੰਦੇ ਨੇ ਪਿੱਛੇ ਵੀ ਸਾਨੂੰ ਮਿਲੇ ਆ ਪੈਸੇ ਕੋਈ 8 ਲੱਖ ਰੁਪਈਆ ਹੁਣ ਫਿਰ ਕੱਲ੍ਹ ਪਰਸੋਂ ਉਹਨਾਂ ਮੀਟਿੰਗ 'ਚ ਬੁਲਾਇਆ ਉਹਨਾਂ ਦੱਸਿਆ ਕਿ ਜਿਹੜਾ ਵੀ ਕੰਮ ਰਹਿੰਦਾ ਉਹ ਪਹਿਲ ਦੇ ਆਧਾਰ 'ਤੇ ਹੋਊਗਾ ਜਿਵੇਂ ਕਿ ਸਾਡੇ ਪਿੰਡ ਵਿੱਚ ਇੱਕ ਸਕੂਲ ਆ ਸਕੂਲ ਦੀ ਬਿਲਡਿੰਗ ਮਾਰੀ ਉਹਦੇ ਵਾਸਤੇ ਸਾਨੂੰ 2 ਕਮਰੇ ਦੇ ਪੈਸੇ ਮਿਲ ਗਏ ਸੀ ਹੋਰ ਹੁਣ ਸਾਨੂੰ ਦੁਬਾਰੇ ਉਹਨਾਂ ਸਭ ਤੋਂ ਪਹਿਲਾਂ ਸਕੂਲ ਔਰ ਸਟੇਡੀਅਮ ਇਹਨਾਂ ਪਰਫਾਰਮੈਂਸ ਦਿੱਤੀ ਹੈ ਅਤੇ ਨਾਲ ਹੀ ਉਹ ਕਹਿੰਦੇ ਨੇ ਕਿ ਗਰੀਬਾਂ ਵਾਸਤੇ ਜਿਹੜੇ 5-5 ਮਰਲੇ ਪਲਾਟ ਆ ਉਹ ਜ਼ਰੂਰ ਅਲਾਟ ਕਰਾਓ ਅਸੀਂ ਪੂਰਾ ਜ਼ੋਰ ਲੈ ਰਹੇ ਹਾਂ ਐਪਲੀਕੇਸ਼ਨਾਂ ਹੀ ਲੈ ਰਹੀਆਂ ਜਨਤਾ ਕੋਲ ਕੁਝ ਰਹਿ ਗਏ ਨੇ ਜਿਹੜੇ ਬਹੁਤੇ ਜ਼ਰੂਰੀ ਗਰੀਬ ਘਰ ਨੇ ਅਸੀਂ ਉਹਨਾਂ ਨੂੰ ਦਾਂਗੇ ਕਿਸੇ ਦੇ ਨਾਲ ਮਤਭੇਦ ਨਹੀਂ ਕਰਾਂਗੇ ਇਹ ਬਾਦਸ਼ਾਹ ਸਾਹਿਬ ਦਾ ਸਾਨੂੰ ਹੁਕਮ ਹੈ ਇਹੀ ਗੱਲਾਂ ਨਾਲ ਮੈਂ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।